ਸੱਜਣੋ ਤੇ ਬੇਲੀਓ ਅਗਰ ਅਸੀਂ ਲੰਬੇ ਨੱਕ ਵਾਲੇ ਬਾਂਦਰ ਦੇ ਵਜ਼ਨ ਦੀ ਗੱਲ ਕਰੀਏ ਤੇ ਇਹ 3 ਕਿਲੋਗ੍ਰਾਮ ਤੱਕ ਜਾ ਸਕਦਾ ਹੈ ਫੀਮੇਲ ਬਾਂਦਰੀ ਦਾ ਨੱਕ ਤੇ ਛੋਟਾ ਹੁੰਦਾ ਹੈ ਲਕਿਨ ਜਿਹੜਾ ਮੇਲ ਬਾਂਦਰ ਹੁੰਦਾ ਉਹਦਾ ਨੱਕ ਕਾਫੀ ਲੰਮਾ ਹੁੰਦਾ ਵੈਸੇ ਇਹੋ ਜਿਹੇ ਬਾਂਦਰ ਨੂੰ ਗੱਪਿਆਂ ਲਈ ਰੇੜੀ ਤੇ ਲਵਾਇਆ ਹੋਏ ਤੋਂ ਨੱਕ ਦੇ ਨਾਲ ਹੀ ਗੱਪਿਆਂ 'ਚ ਸوراਖ ਕਰਕੇ ਦੇਈ ਜਾਏ ਐਸੇ ਚਾਹ ਦੇ ਵਿੱਚ ਗੱਪਿਆਂ ਲਈ ਰੇੜੀ ਦੇ ਉੱਤੇ ਰਾਸ਼ੀ ਨਾ